ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਖਬਰਾਂ ਦੇ ਸਿਲਸਿਲੇ ਨੂੰ ਤੋੜਦੇ ਹਾਂ ਕਿ ਇੱਕ ਵੱਡੀ ਖਬਰ ਇਸ ਵੇਲੇ ਆ ਰਹੀ ਹੈ ਆਰਪੀਜੀ ਗ੍ਰਨੇਡ ਨੂੰ ਡਿਫਿਊਜ਼ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਨੇ ਜੀ ਹਾਂ ਬੰਬ ਨਿਰੋਧਕ ਦਸਤਾ ਮੌਕੇ ਤੇ ਪਹੁੰਚ ਚੁੱਕਿਆ ਹੈ ਦਸਤੇ ਨੇ ਗ੍ਰਨੇਡ ਨੂੰ ਆਪਣੇ ਕਬਜ਼ੇ ਚ ਲੈ ਲਿਆ ਰੇਤ ਦੀਆਂ ਬੋਰੀਆਂ ਰੱਖ ਕੇ ਗ੍ਰਨੇਡ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਗਿਆ ਸੋ ਤੁਹਾਨੂੰ ਦੱਸ ਦਈਏ ਹਾਲਾਂਕਿ ਸਮਾਂ ਕਾਫੀ ਲੰਘ ਚੁੱਕਿਆ ਹੈ ਪਰ ਦੱਸਿਆ ਜਾ ਰਿਹਾ ਕਿ ਇਹ ਗ੍ਰਨੇਡ ਫਟਿਆ ਨਹੀਂ ਸੀ ਇਸ ਕਰਕੇ ਹੁਣ ਇਹਨੂੰ ਡਿਫਿਊਜ਼ ਕੀਤਾ ਜਾਵੇਗਾ ਬੰਬਨਿਰੋਧਕ ਦਸਤਾ ਮੌਕੇ ਤੇ ਮੌਜੂਦ ਹੈ ਦਸਤੇ ਨੇ ਗਰਨੇਡ ਨੂੰ ਕਬਜ਼ੇ ਚ ਲੈ ਲਿਆ ਰੇਤ ਦੀਆਂ ਬੋਰੀਆਂ ਰੱਖ ਕੇ ਗਰਨੇਡ ਵਾਲੀ ਥਾਂ ਨੂੰ ਸੀਲ ਵੀ ਕਰ ਦਿੱਤਾ ਗਿਆ ਸੋ ਇੱਕ ਵਾਰ ਮੁੜ ਤਦਾ ਜੀ ਤਰਨ ਤਰਨ ਦੇ ਵਿੱਚ ਥਾਣਾ ਸਰਹਾਲੀ ਕਲਾਂ ਤੇ ਆਰ ਪੀ ਜੀ ਅਟੈਕ ਜਿਹੜਾ ਹੋਇਆ ਜਿਸ ਢੰਗ ਨਾਲ ਇੱਥੇ ਗਰਨੇਡ ਛੁੱਟਿਆ ਗਿਆ ਔਰ ਗਰਨੇਡ ਵੀਕਰ ਰਾਕਟ ਵਰਗਾ ਗਰਨੇਡ ਛੁੱਟਿਆ ਗਿਆ ਤਾਂ ਉਸ ਨੂੰ ਲੈ ਕੇ ਏਜੰਸੀਆਂ ਤੇ ਅਲਰਟ ਹਾਂ ਅਲਰੇਡੀ ਹਣ ਪਹਿਲਾਂ ਤੋਂ ਹੀ ਏਜੰਸੀਆਂ ਅਲਰਟ ਹਨ ਪਰ ਹੁਣ ਦੱਸਿਆ ਜਾ ਰਿਹਾ ਕਿ ਪੂਰੇ ਏਰੀਆ ਨੂੰ ਪਾਰਡਨ ਆਫ ਕੀਤਾ ਜਾ ਰਿਹਾ ਹੈ ਰੇਦੀਆਂ ਬੋਰੀਆਂ ਰੱਖ ਕੇ ਇਸ ਪੂਰੇ ਏਰੀਆ ਨੂੰ ਹੁਣ ਸੀਲ ਕਰ ਦਿੱਤਾ ਗਿਆ ਤੇ ਗਰਨੇਡ ਨੂੰ ਡਿਫਿਊਜ਼ ਕਰਨ ਦੀਆਂ ਹੁਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਬੰਬ ਨਿਰੋਧਕ ਦਸਤਾਇਕ ਸੁਲੇ ਦੱਸਿਆ ਜਾ ਰਿਹਾ ਕਿ ਮੌਕੇ ਤੇ ਪਹੁੰਚ ਚੁੱਕਿਆ ਤੁਹਾਨੂੰ ਦੱਸ ਦਈਏ ਕਿ ਇਹ ਗਰਨੇਡ ਸੁੱਟਿਆ ਜ਼ਰੂਰ ਗਿਆ ਸੀ ਰਾਕਟ ਨੋਮਾ ਗਰਨੇਡ ਪਰ ਹੈ ਫਟਿਆ ਨਹੀਂ ਸੀ ਹਾਲਾਂਕਿ ਇਸ ਦੇ ਪ੍ਰੋਪੈਲਰ ਜਿਹੜੇ ਗਰਨੇਡ ਦੇ ਨਾਲ ਲੱਗੇ ਹੋਏ ਸੀ ਉਹ ਜਿਸ ਢੰਗ ਨਾਲ ਕੰਧ ਤੇ ਵੱਜੇ ਉਸ ਦੇ ਨਾਲ ਇਮਾਰਤ ਨੂੰ ਨੁਕਸਾਨ ਪਹੁੰਚਿਆ ਸੀ ਸ਼ੀਸ਼ੇ ਟੁੱਟੇ ਜ਼ਰੂਰ ਸੀ ਪਰ ਫਟਿਆ ਨਹੀਂ ਸੀ ऐसे करके ਦੱਸਿਆ ਜਾ ਰਿਹਾ ਕਿ ਹਨਸ ਨੂੰ ਡਿਫਿਊਜ਼ ਕੀਤਾ ਜਾਵੇਗਾ ਆਰਪੀਜੀ ਗਰਨੇਡ ਨੂੰ ਡਿਫਿਊਜ਼ ਕਰਨ ਦੀਆਂ ਕੋਸ਼ਿਸ਼ਾਂ ਦੱਸਿਆ ਜਾ ਰਿਹਾ ਕਿ ਇਸ ਵੇਲੇ ਚੱਲ ਰਹੀਆਂ ਨੇ ਬੰਬ ਨਿਰੋਧਕ ਦਸਤਾ ਇਸ ਵੇਲੇ ਮੌਕੇ ਤੇ ਪਹੁੰਚ ਚੁੱਕੇ ਹੈ ਤੇ ਤਸਵੀਰਾਂ ਤੁਸੀਂ ਵੇਖ 파ਰੋ ਤਰਨਤਾਰਨ ਦੇ ਥਾਣਾ ਸਰਹਾਲੀ ਦੀਆਂ ਇਹ ਤਸਵੀਰਾਂ ਜਿਸ ਥਾਣੇ ਤੇ ਇਹ ਗ੍ਰਨੇਡ ਸੁੱਟਿਆ ਗਿਆ ਸੀ ਰਾਕਟ ਨੁਮਾ ਗ੍ਰਨੇਡ ਆਰ ਪੀ ਜੀ ਰਾਕਟ ਪ੍ਰੋਪੈਲਡ ਗ੍ਰਨੇਡ ਸੁੱਟਿਆ ਗਿਆ ਸੀ ਉਸ ਨੂੰ ਹੁਣ ਡਿਫਿਊਜ਼ ਕਰਨ ਦੀ ਕੋਸ਼ਿਸ਼ ਬਾਬਾ ਨਿਰੋਧਕ ਦਸਤੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਲਾਕੇ ਦੇ ਵਿੱਚ ਇਸ ਵੇਲੇ ਦੱਸਿਆ ਜਾ ਰਿਹਾ ਕਿ ਤਣਾ ਦਾ ਮਾਹੌਲ ਮੁਰਤੋਇਸ ਕਰਕੇ ਬਣ ਗਿਆ ਕਿਉਂਕਿ ਬੌਮ ਸਕਵਾਡ ਜਦ ਪਹੁੰਚਦਾ ਹੈ ਤਾਂ ਹਲਚਲ ਤੇਜ਼ ਹੋਈ ਸਮਝੀ ਜਾ ਸਕਦੀ ਹੈ ਬੰਬ ਨਿਰੋਧਕ ਦਸਤਾ ਇਸ ਵੇਲੇ ਪਹੁੰਚ ਚੁੱਕੇ ਆ ਥੇ ਫਿਲਹਾਲ ਐਸੇ ਖਬਰਾਂ ਤੇ ਅਪਡੇਟ ਲਈ ਸਾਡੇ ਨਾਲ ਸਾਡੇ ਸਹਿਯੋਗੀ ਬਲਜੀਤ ਜੁੜ ਚੁਕੇ ਨੇ ਬਲਜੀਤ ਜਾਨਣਾ ਚਾਹਾਂਗੇ ਤੁਹਾਡੇ ਕੋਲ ਇਸ ਵੇਲੇ ਇੱਥੇ ਕੀ ਕੁਝ ਹਲਚਲ ਹੁੰਦੀ ਤੁਸੀਂ ਵੇਖ ਪਾ ਰਹੇ ਹੋ ਕਿਉਂਕਿ ਅ ਪਰਸੋਂ ਰਾਤ ਸਵਾ 11 ਵਜੇ ਹਮਲਾ ਹੋਇਆ ਕੱਲ ਦਾ ਸਾਰਾ ਦਿਨ ਲੰਘ ਗਿਆ ਤੇ ਹੁਣ ਜਾ ਕੇ ਬੰਬ ਨਿਰੋਧਕ ਦਸਤਾਇ ਇੱਥੇ ਪਹੁੰਚਿਆ ਕੀ ਸਮਝਿਆ ਜਾ ਰਿਹਾ ਹੈ ਕਿ ਆਖਰ ਕੀ ਚੱਲ ਰਿਹਾ ਹੈ ਅੰਦਰ ਬੇਤਲ ਦੱਸਣਾ ਚਾਹਾਂਗੇ ਕਿ ਜਿਹੜਾ ਬੰਬ ਨਰੋਧਕ ਦਸਤਾ ਹੈ ਉਸ ਵੱਲੋਂ ਜਿਹੜਾ ਕਿ ਗਰਨੇਡ ਹੈ ਉਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮੰਡ ਏਰੀਏ ਦੇ ਇਲਾਕੇ ਦੇ ਵਿੱਚ ਹੁਣ ਡਿਸਪਿਊਜ਼ ਕੀਤਾ ਜਾ ਰਿਹਾ ਹੈ ਤੇ ਮੌਕੇ ਤੇ ਸਪੋਰਟ ਤੇ ਅਸੀਂ ਹਾਜ਼ਰ ਆ ਅਤੇ ਥੋੜੀ ਦੇਰ ਬਾਅਦ ਇਹ ਜਿਹੜਾ ਬੰਬ ਹੈ ਇਸ ਨੂੰ ਡਿਸਪਿਊਜ਼ ਕਰਨ ਲਈ ਜਿਹੜੇ ਅਧਿਕਾਰੀ ਨੇ ਇੱਥੇ ਪਹੁੰਚ ਰਹੇ ਨੇ ਅਤੇ ਇਸ ਨੂੰ ਥੋੜੀ ਜਿਹੀ ਦੇਰ ਬਾਅਦ ਇੱਥੇ ਦਿੱਤੀ ਹੋਈ ਜਿਹੜਾ ਕਰ ਦਿੱਤਾ ਜਾਵੇਗਾ ਜੀ ਹਾਂ ਨਾਲੇ ਇਹ ਬਲਜੀਤ ਜਿਸ ਟਾਂਕ ਦੇ ਨਾਲ ਪਾਕਿਸਤਾਨੀ ਕਨੈਕਸ਼ਨ ਇੱਥੇ ਨਿਕਲ ਕੇ ਸਾਹਮਣੇ ਆਇਆ ਸੀ ਗਰਨੇਡ ਦੇ ਉੱਪਰ ਪਾਕਿਸਤਾਨ ਦੀ ਆ ਆਰਮੀ ਦੀ ਜਾਂ ਫਿਰ ਉਥੋਂ ਦੀ ਕਿਸੇ ਏਜੰਸੀ ਦੀ ਜਿਸ ਢੰਗ ਨਾਲ ਪੀਕੇ ਦੀ ਇੱਕ ਮੋਹਰ ਵਿਖਾਈ ਦਿੱਤੀ ਸੀ ਕੋਈ ਆਰਮੀ ਐਕਸਪਰਟ ਵੀ ਇੱਥੇ ਮੌਜੂਦ ਹੈ ਜਾਂ ਫਿਰ ਕਿਸ ਢੰਗ ਨਾਲ ਹੋਰ ਸਾਰੇ ਚੀਜ਼ਾਂ ਨੂੰ ਮੈਨੇਜ ਕੀਤਾ ਜਾ ਰਿਹਾ ਨਹੀਂ ਜੇ ਆਰਮੀ سپورਟ ਤਾਂ ਇੱਥੇ ਕੋਈ ਮੌਜੂਦ ਨਹੀਂ ਇਸੇ ਨੇ ਬੰਬ سپورਟ ਜਿਹੜੇ ਹੈ ਨੇ ਟੀਮਾਂ ਤੇ ਪੁਲਿਸ ਦੀਆਂ ਟੀਮਾਂ ਜਿਹੜੀਆਂ ਇੱਥੇ ਮੌਜੂਦ ਨੇ ਉਹਨਾਂ ਵੱਲੋਂ ਜਿਹੜਾ ਇਹ ਗ੍ਰੇਨੇਡ ਹੈ ਇਹਨੂੰ ਡਿਸਪਿਊਜ਼ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਕੱਲ ਪੰਜਾਬ ਦੇ ਡੀਜੀਪੀ ਵੀ ਇੱਥੇ ਮੌਕੇ ਤੇ ਪਹੁੰਚੇ ਸਨ ਤੇ ਉਹਨਾਂ ਵੱਲੋਂ ਵੀ ਇਹ ਬਲਜੀਤ ਕੀ ਕੋਈ ਖਾਲੀ ਥਾਂ ਹੈ ਤਸਵੀਰਾਂ ਅਸੀਂ ਵੇਖ ਪਾ ਰਹੇ ਕਿ ਖਾਲੀ ਥਾਂ ਤੇ ਲਿਆਇਆ ਗਿਆ ਇਸ ਗ੍ਰੇਨੇਡ ਨੂੰ ਹਨ ਨਹੀਂ ਬਿਲਕੁਲ ਸਰ ਖਾਲੀ ਥਾਂ ਦੇ ਉੱਤਰ ਲਿਆਇਆ ਗਿਆ ਤੇ ਮੌਕੇ ਦੀਆਂ ਜਿਹੜੀਆਂ ਥੇਹੜੀਆਂ ਤਸਵੀਰਾਂ ਹੁਣੇ ਤੇ ਆਪਣੀ ਸਕਰੀਨ ਤੇ ਜਿਹੜੀਆਂ ਵੇਖੀਆਂ ਜਾਣੀਆਂ ਜੀ ਹਾਂ ਤੇ ਕੀ ਕੀਤਾ ਜਾ ਰਿਹਾ ਬਲਜੀਤ ਕੀ ਇਸ ਨੂੰ ਡਿਫਿਊਜ਼ ਕੀਤਾ ਜਾਏਗਾ ਜਾਂ ਫਿਰ ਅਸੀਂ ਪਿਛਲੇ ਕੁਝ ਮਾਮਲਿਆਂ ਦੇ ਵਿੱਚ ਵੇਖਿਆ ਹੈ ਕਿ ਉਸ ਨੂੰ ਬੜੇ ਹੀ ਸਹੀ ਢੰਗ ਦੇ ਨਾਲ ਉਹ ਤਮਾਕਾ ਹੁੰਦਾ ਹੈ ਜਾਂ ਫਿਰ ਉਸ ਉਹੋ ਜੀ ਕੋਈ ਤਸਵੀਰ ਨਜ਼ਰ ਆਉਂਦੀ ਹੈ ਕੀ ਇਸ ਬਾਰੇ ਕੁਝ ਦੱਸਿਆ ਗਿਆ ਹੈ ਬਿਲਕੁਲ ਦੱਸਾਂ ਜਮਾ ਕਿ ਇਹ ਬਾਂਬ ਰੂਦਸਪੀਰ ਕੀਤਾ ਜਾ ਰਿਹਾ ਇਹ ਮਾਂਡ ਏਰੀਆ ਤੇ ਰੇਤਲਾ ਇਲਾਕਾ ਵਾ ਦਰਿਆ ਦੇ ਬਿਲਕੁਲ ਕੰਢੇ ਦੇ ਜਿੱਥੇ ਇਹੋਂ ਲਿਆਂਦਾ ਗਿਆ ਜੀ ਤੇ ਪਰਸੋ ਰਾਤ ਦੀ ਵਾਰਦਾਤ ਪਰਸੋ ਰਾਤ ਦਾ ਗ੍ਰੇਨੇਡ ਕਿੱਥੇ ਸੀ ਬਲਜੀਤ ਹੁਣ ਕਿਉਂਕਿ ਪੂਰਾ ਦਿਨ ਕੱਲ ਦਾ ਵੀ ਲੰਘ ਗਿਆ ਹੁਣ ਜਾ ਕੇ ਡਿਫਿਊਜ਼ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਲੋਕਾਂ ਦੇ ਮਨਾਂ ਦੇ ਵਿੱਚ ਵੀ ਇਹ ਸਵਾਲ ਉੱਠਣਾ ਲਾਜ਼ਮੀ ਹੈ ਹੈਲੋ ਦੱਸਣਾ ਜਮਾ ਇਹ ਪਰ ਹਲੋ ਹਾਂਜੀ ਜੀ ਬਲਜੀਤ ਹੈਲੋ ਹਾਂਜੀ ਸੁਣ ਪਾ ਰਹੇ ਹੈ ਹੈਲੋ ਸੁਣ ਪਾ ਰਹੇ ਹੈ ਬਲਜੀਤ ਹਾਂਜੀ ਸਰ ਦੱਸਣਾ ਚਾਹਾਂਗੇ ਕਿ ਪਰਸੋਂ ਰਾਤ ਦਾ ਇਹ ਜਿਹੜਾ ਗ੍ਰਨੇਡ ਸੀਗਾ ਇਹ ਉਸ ਸੇਵਾ ਕੇਂਦਰ ਦੇ ਅੰਦਰ ਹੀ ਸੀਗਾ ਅਤੇ ਇਸ ਦੀ ਘੇਰੇ ਘੇਰੇ ਜਿਹੜੀ ਸਿਕਿਉਰਿਟੀ ਲੱਗੀ ਹੋਈ ਸੀ ਅਤੇ ਇਸ ਨੂੰ ਖੋਣ ਜਿਹੜੇ ਕਿ ਜਨਤੀ ਮਾਵਾਂ ਵੱਲੋਂ ਲੈ ਜਾ ਕੇ ਇਧਰ ਮੰਡ ਏਰੀਏ ਦੇ ਵਿੱਚ ਜਿਹੜਾ ਇਸੇ ਡਿਸਪਰਸ ਕਰਨ ਕੀਤਾ ਗਿਆ ਬਲਜੀਤ ਨਜ਼ਰ ਰੱਖਿਓ ਇਸੇ ਖਬਰ ਤੋਂ ਪਰ ਅੱਗੇ ਵੀ ਅਪਡੇਟ ਤੁਹਾਡੇ ਕੋਲ ਲੈਂਦੇ ਰਹਾਂਗੇ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਮੁਰਤਾ ਦੱਸ ਦਈਏ ਤਰਨ ਤਾਰਨ ਦੇ ਸਰਹਾਲੀ ਕਲਾ ਥਾਣੇ ਦੇ ਵਿੱਚ ਜਿਹੜਾ ਗ੍ਰਨੇਡ ਸੁੱਟਿਆ ਗਿਆ ਸੀ ਰਾਕਟ ਪ੍ਰਪੈਲਡ ਗ੍ਰਨੇਡ ਉਹ ਹੁਣ ਜਾ ਕੇ ਡਿਫਿਊਜ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇੱਕ ਖਾਲੀ ਥਾਂ ਤੇ ਲਜਾਇਆ ਗਿਆ ਬੌਮ ਸਕਵਾਡ ਵੱਲੋਂ ਇਸ ਆਰਪੀਜੀ ਨੂੰ ਤੇ ਹੁਣ ਦੱਸਿਆ ਜਾ ਰਿਹਾ ਕਿ ਇਸ ਨੂੰ ਡਿਫਿਊਜ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਐਕਸਕਲੂਸਿਵ ਤਸਵੀਰਾਂ ਆਪਣੇ ਦਰਸ਼ਕਾਂ ਨੂੰ ਐਸੋ ਲਈ ਆਪਣੀ ਟੀਮ ਸਕਰੀਨਸ ਤੇ ਵਖਾ ਰਹੇ ਹਾਂ ਖਾਲੀ ਥਾਂ ਤੇ ਇਹ ਗਰਨੇਡ ਰਾਕਟ ਪ੍ਰਪੈਲਡ ਗਰਨੇਡ ਆਰਪੀਜੀ ਲਿਆਂਦਾ ਗਿਆ ਤੇ ਇੱਥੇ ਇਸ ਨੂੰ ਹੁਣ ਡਿਫਿਊਜ਼ ਕੀਤਾ ਜਾਵੇਗਾ ਦੱਸਿਆ ਜਾ ਰਿਹਾ ਕਿ ਪਰਸੋ ਸਵਾ 11 ਵਜੇ ਰਾਤ ਦਾ ਇਹ ਗਰਨੇਡ ਉਸੇ ਥਾਂ ਤੇ ਪਿਆ ਹੋਇਆ ਸੀ ਥਾਣੇ ਦੇ ਅੰਦਰ ਇਸ ਨੂੰ ਉੱਥੋਂ ਚੁੱਕਿਆ ਨਹੀਂ ਸੀ ਗਿਆ ਹਾਲਾਂਕਿ ਦੱਸ ਦਈਏ ਕਿ ਪ੍ਰੋਪੈਲਰ ਜਿਹੜਾ ਇਸ ਦੇ ਅੱਗੇ ਜਿਹੜੇ ਪੱਖੇ ਲੱਗੇ ਹੁੰਦੇ ਨੇ ਗ੍ਰੇਨੇਡ ਦੇ ਅੱਗੇ ਜਿਹੜੇ ਉਹ ਜ਼ਰੂਰ ਜਦੋਂ ਕੰਧ ਦੇ ਨਾਲ ਵੱਜੇ ਤਾਂ ਇਮਾਰਤ ਨੂੰ ਨੁਕਸਾਨ ਪਹੁੰਚਿਆ ਸ਼ੀਸ਼ੇ ਟੁੱਟੇ ਥੋੜੇ ਪਰ ਇਹ ਗ੍ਰੇਨੇਡ ਫਟਿਆ ਨਹੀਂ ਸੀ ਇਸ ਕਰਕੇ ਹੁਣ ਇਸ ਨੂੰ ਗ੍ਰੇਨੇਡ ਨੂੰ ਡਿਫਿਊਜ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਰਨਤਾਰਨ ਦੇ ਇੱਕ ਖਾਲੀ ਥਾਂ ਦੇ ਉੱਪਰ ਮੰਡ ਥਾਂ ਜਿਹੜੀ ਦੱਸੀ ਜਾ ਰਹੀ ਹੈ ਸਾਡੇ ਸਹਿਯੋਗੀ ਵੱਲੋਂ ਇੱਥੇ ਹੁਣ ਲਿਆਂਦਾ ਗਿਆ ਤੇ ਬੌਮ ਸਕਵਾਡ ਨੇ ਇੱਕ ਥਾਂ ਨਰਜ਼ਰ ਕਰ ਦਿੱਤੀ ਹੈ ਜਿੱਥੇ ਇਸ ਲਈ ਇਸ ਬੰਬ ਨੂੰ ਡਿਫਿਊਜ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਨਜ਼ਰ ਲਗਾਤਾਰ ਸਾਡੇ ਸਹਿਯੋਗੀ ਵੱਲੋਂ ਕੈਮਰੇ ਦੇ ਰਾਹੀਂ ਇੱਥੇ ਰੱਖੀ ਜਾ ਰਹੀ ਹੈ ਇਹ ਬੋਰੀਆਂ ਤੁਸੀਂ ਵੇਖ ਪਾ ਰਹੇ ਹੋ ਰੇਤੇ ਦੀਆਂ ਬੋਰੀਆਂ ਇਸ ਵੇਲੇ ਲਿਆ ਕੇ ਪੂਰੇ ਏਰੀਆ ਨੂੰ ਕਾਡਨ ਆਫ ਕੀਤਾ ਗਿਆ ਐਕਸਕਲੂਸਿਵ ਤਸਵੀਰਾਂ ਤੁਸੀਂ ਆਪਣੇ ਟੀਵੀ ਸਕਰੀਨਸ ਤੇ ਵੇਖ ਪਾ ਰਹੇ ਹੋ ਥਾਣਾ ਸਰਹਾਲੀ ਤੇ ਜਿਹੜੇ ਆਰਪੀਜੀ ਦੇ ਨਾਲ ਅਟੈਕ ਹੋਇਆ ਸੀ ਪਾਕਿਸਤਾਨ ਦੀ ਮੋਰ ਲੱਗਿਆ ਉਹ ਗ੍ਰੇਨੇਡ ਇਸ ਵੇਲੇ ਹੁਣ ਬੰਬਨਰੋਧਕ ਦੱਸ ਨੇ ਆਪਣੇ ਕਮਜ਼ੇ ਚ ਲੈ ਲਿਆ ਪੁਲਿਸ ਦੀਆਂ ਟੀਮਾਂ ਮੌਕੇ ਤੇ ਮੌਜੂਦ ਨੇ ਪੁਲਿਸ ਦੀਆਂ ਟੀਮਾਂ ਵੱਲੋਂ ਇੱਕ ਟੰਗ ਦੀ ਇੱਥੇ ਹੁਣ ਨਾਕਾਬੰਦੀ ਕਰ ਦਿੱਤੀ ਗਈ ਤਾਂ ਕਿ ਇਸ ਤੋਂ ਅੱਗੇ ਥਾਂ ਤੇ ਕੋਈ ਨਾ ਜਾ ਸਕੇ ਕਿਉਂਕਿ ਅੱਗੇ ਬੌਮ ਸਕਵਾਡ ਹੈ ਬੰਬ ਨਿਰੋਧਕ ਦਸਤੇ ਵੱਲੋਂ ਇਸ ਆਰਪੀਜੀ ਨੂੰ ਡਿਫਿਊਜ਼ ਕਰਨ ਦੀਆਂ ਕੋਸ਼ਿਸ਼ਾਂ ਹੁਣ ਸ਼ੁਰੂ ਹੋ ਚੁੱਕੀਆਂ ਨੇ ਦਸਤੇ ਨੇ ਬੰਬ ਨਿਰੋਧਕ ਦਸਤੇ ਨੇ ਇਸ ਗ੍ਰਨੇਡ ਨੂੰ ਆਪਣੇ ਕਮਜ਼ੇ ਚ ਲੈ ਲਿਆ ਗ੍ਰਨੇਡ ਵੀ ਤੁਹਾਨੂੰ ਦੱਸ ਦਈਏ ਇਹ ਇੱਕ ਮਿਲਟਰੀ ਗ੍ਰੇਡ ਗ੍ਰਨੇਡ ਦੱਸਿਆ ਜਾ ਰਿਹਾ ਸੀ ਡੀਜੀਪੀ ਗੌਰਵ ਯਾਦਵ ਵੀ ਖਾਲਾਏ ਤਾਂ ਉਹਨਾਂ ਨੇ ਕੀ ਕੀਤਾ ਬਾਰਡਰ ਪਾਰੋਂ ਹਥਿਆਰ ਲਿਆਂਦਾ ਗਿਆ ਸੋ ਕੋਸ਼ਾਂ ਬੰਬ ਨੂੰ ਡਿਫਿਊਜ਼ ਕਰਨੀਆਂ ਹੁਣ ਲਗਾਤਾਰ ਜਾਰੀ